హలో ఆ తెరబా లైవ్ టీవీకి సబ్స్క్రైబ్ కర్ లో భాయ్ యూట్యూబ్ ఛానల్ బస్ ఖుద్ కి మెంటా ది గల్ హై భాయ్ జీ ఆ రహే హై స్టేజ్ పే जो चलूगा चलन दे ठीक है जी ਬੇਨਤੀ ਹੈ ਸਪੀਕਰਾਂ ਤੋਂ ਵੀ ਇੱਧਰ ਹੋ ਜਾਓ ਇੱਧਰਲੀ ਸਾਈਡ ਆ ਜਾਓ
ਜਿਹੜੇ ਦੇਖਣਾ ਉਹਨਾਂ ਨੂੰ ਦੇਖਣਾ ਚਾਹੀਦਾ ਤੇ ਉਹ ਮੈਨੂੰ ਦੇਖਣਾ ਚਾਹੀਦਾ ਪੈਸ ਬਾਈ ਪਿੱਛੇ ਸਾਊਂਡ ਵਾਲੇ ਵੀ ਸਾਊਂਡ ਵਾਲੇ ਦੇਖਣੇ ਚਾਹੀਦੇ ਮੇਰੇ ਵੀ ਹੁਣ ਨਾ ਜੀ ਬੱਚੇ ਠੀਕ ਹੈ ਨਾ ਕਰੀ ਸ਼ੁਰੂ
ਦੇ ਨਾਂ ਨਾਲ, ਨਾਂ ਨਾਲ ਸਵਾਦ ਲਓ ਮੇਰਾ, ਹਨਾ। ਇਹ ਵੀ ਆਪਣੇ ਭਰਾ ਨੇ ਪੁਲਿਸ ਵਾਲੇ ਵੀਰ, ਧੱਕਾ ਨੀ ਕਰਨਾ ਕਿਸੇ ਨਾਲ। ਬਾਈ ਆਵਾਜ਼ ਖੋਲ ਕੇ ਨੇ ਮੁੰਡੇ, ਆਵਾਜ਼ ਨੀ ਆ ਰਹੀ ਪਿੱਛੇ। ਖੋਲ 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 ਖੋਲ, ਜਿੰਨਾ ਚਿਰ ਹੱਥ ਆਵਾਜ਼ ਉਨਾ ਚਿਰ ਖਾਉਣਾ ਹੀ ਨਹੀਂ। ਖੋਲ ਆਵਾਜ਼ ਆਰਾਮ ਨਾਲ ਮੁੰਡੇ, ਆਹ ਟੱਪਣ ਦੀ ਲੋੜ ਨੀ ਮੇਰਾ ਵੀ। ਖੜ ਜਾਓ ਜੀ, ਖੜਾਵਾਂਗੇ ਸਾਰਾ ਕੁਝ ਆਰਾਮ ਨਾਲ, ਥੋੜਾ ਜਿਹਾ ਟਾਈਮ ਦੇ। ਆਹ ਗੱਲ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ। ਸਾਈਮ ਸਾਈਮ ਤੋਂ
ਉਹ ਫਾਇਦਾ ਨੀ ਕੋਈ ਵਕਤ ਬੋਲ ਕੇ ਕਰ ਬਿਨਾ ਪਤਾ ਤੇ ਥਾਪੀ ਹੰਕਾ ਨਹੀਂ ਏ ਰੁਤਬਾ ਮੂਸੇ ਚਿਕਲੇ ਸਿਰ ਤੇ ਟੋਪਰ ਟੁੱਟ ਟੁੱਟ ਪੈਂਦਾ ਜਿੱਥੇ ਜਿੱਥੇ ਜਾ ਕੇ ਸੋਹਾਂ ਪਿੰਡ ਖੜੋਗੇ
ਵਿੱਚ ਆ ਗਏ ਨਾ ਬੱਕੀ
ਬੰਦਾ ਬੰਦ ਹੋ ਜਾਵੇ। ਤੁਸੀਂ ਭਰਾ ਹੋ ਮੇਰੇ, ਤੁਹਾਡੇ ਮੁੰਡੇ ਹੱਥ ਬੰਨ ਕੇ ਕਹਿੰਦਾ ਵੀਰੇ ਥੋੜਾ ਥੋੜਾ ਪਿੱਛੇ ਹੋ ਜਾਵੇ ਵੀ ਆਪਣੇ ਭਰਾ ਹੀ ਨੇ, ਇਹ ਸਾਰਿਆਂ ਦੀ ਸੇਫਟੀ ਚਾਹੁੰਦੇ ਮੇਰਾ ਵੀ ਥੋੜਾ ਥੋੜਾ ਪਿੱਛੇ ਹੋ ਜਾਵੇ ਪਲੀਜ਼। ਇੱਥੇ ਕੋਈ ਪੁਲਿਸ ਵਾਲਾ ਨਹੀਂ, ਇੱਥੇ ਕੋਈ ਕਲਾਕਾਰ ਨਹੀਂ, ਤਾਂ ਸਾਰੇ ਆਪਾਂ ਭਰਾ ਹਾਂ, ਇੱਕੋ ਜਿਹੇ ਹਾਂ, ਥੋੜੇ ਥੋੜੇ ਪਿੱਛੇ ਨੂੰ। ਇਹ ਵੀ ਆਪਣੀ ਡਿਊਟੀ ਕਰਦੇ, ਮੈਂ ਵੀ ਆਪਣੀ ਕਰਦੇ, ਤੁਸੀਂ ਆਪਦਾ ਸਵਾਦ ਲਓ, ਤੁਸੀਂ ਫ੍ਰੀ ਹੋ, ਠੀਕ ਹੈ ਨਾ ਮੇਰਾ ਵੀ। ਇਹ ਵੀ ਨਾ ਤੰਗ ਹੋਣ, ਤੁਹਾਡੇ ਵੀ ਨਾ ਸੱਟ ਵਜੇ, ਉਹ ਨਾ ਹੋ ਮੈਂ ਤੇਰਾ ਨਾ ਸਟੈਂਡ ਕਰ ਡਿੱਗ ਪੈਂਦਾ ਮੇਰਾ ਵੀ। ਸਾਡੇ ਵਾਂਗੂ ਸਾਡੀਆਂ ਨਹੀਂ ਬਲੈਕ ਲਿਸਟਡ ਕਰਾਂ, ਅਸੀਂ ਅੱਜ ਦੇ ਰਾਜੇ ਹਾਂ, ਉਹ ਸਾਡਾ ਪਤਾ ਨਹੀਂ ਕੱਲ ਦਾ, ਉਹ ਡਾਲਰਾਂ ਵਾਂਗੂ ਨਹੀਂ, ਉਹ ਨਾਮ ਸਦਾ ਚੱਲਦਾ। ਅਸੀਂ ਅੱਜ ਦੇ ਰਾਜੇ ਹਾਂ, ਇਹ ਗੱਲ ਸਾਰਿਆਂ ਨੂੰ ਸਮਝ ਆਈ ਹੈ ਨਾ ਬਾਈ। ਪਹਿਲਾਂ ਤਾਂ ਇੱਥੇ ਕਿਸੇ ਨੂੰ ਨਹੀਂ ਪਤਾ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਅੱਜ ਗਰੰਟੀ ਨਾਲ ਕਹਿੰਦੇ ਵੀ ਨੇੜੀ ਠਾ ਲੈਂਗੇ ਸਾਰਿਆਂ ਨੂੰ। 2 ਸਾਲਾਂ 'ਚ ਬਹੁਤ ਕੁਛ ਦਿੱਤਾ ਤੁਸੀਂ ਵੀਰੇ, ਇੰਨਾ ਕਦੇ ਐਕਸਪੈਕਟਡ ਨਹੀਂ ਸੀਗਾ, ਤੇ ਕਦੇ ਕਦੇ ਇਹੋ ਜਿਹਾ ਟਾਈਮ ਵੀ ਆ ਵੀ ਸਾਲੀ ਸਾਰੀ ਦੁਨੀਆ ਇੱਕ ਪਾਸੇ ਹੋ ਗਈ ਤੇ ਮੈਂ ਤੇ ਮੇਰਾ ਟੱਬਰ ਇੱਕ ਪਾਸੇ ਰਹਿ ਗਿਆ। ਉਦੋਂ ਹਿੰਮਤ ਤੁਹਾਡੇ ਕਮੈਂਟ ਦਿੰਦੇ ਆ, ਜਿਹੜੇ ਭਰਾ ਪਿੰਡ ਆਉਂਦੇ ਨੇ ਉਹ ਹਿੰਮਤ ਦਿੰਦੇ ਆ ਵੀ ਮਿੱਤਰਾ ਇਕੱਲਾ ਹੈ ਤਾਂ ਸਪੋਰਟ ਕਰਦੇ ਆ, ਜੇ ਬਾਗ 'ਚ ਹੁੰਦਾ ਤੈਨੂੰ ਵੀ ਨਹੀਂ ਸੀ ਸਪੋਰਟ ਕਰਨਾ। ਬਸ ਤੁਹਾਡਾ ਪਿਆਰ ਸੀ ਬਾਈ, ਇੰਨੀ ਔਕਾਤ ਨਹੀਂ ਹੈਗੀ ਵੀ ਇਕੱਲਾ ਤੁਰਿਆ ਫਿਰਾਂ, ਇੱਕ ਬਾਈ ਨੂੰ ਦਾ ਆਸਰਾ ਤੇ ਇੱਕ ਤੁਹਾਡਾ ਪਿਆਰ, ਧੱਕੀ ਤੁਰੇ ਆਉਂਦੇ ਪਿੱਛੋਂ ਵੀ ਚੱਕੀ ਚੱਲ ਮਿੱਤਰਾ 250 ਚੜ੍ਹੇ, ਤਾਂ ਹੀ ਆਪਾਂ ਕਿਸੇ ਨਾਲ ਖੇਂਦ ਨਹੀਂ ਤੇ ਆਪਣੇ ਨਾਲ ਆ ਗਏ, ਪਤਾ ਨਹੀਂ ਕਿਲੋਮੀਟਰ ਤੇ ਬੰਦਾ ਵੱਜਦਾ ਵੀ ਵੱਜ ਮੇਰੇ ਵਿੱਚ। ਮੈਂ ਕਿਹਾ ਭਰਾਵਾ ਇਸ ਤਾਂ ਪਹਿਲਾਂ ਹੀ ਇਹੋ ਜਿਹੇ ਹੋਏ ਪਏ ਆ, ਤੇਰੇ ਨੁਕਸਾਨ ਹੋਣਾ, ਇਸ ਤਾਂ ਲੰਘ ਜਾਣਾ ਰੋਡ ਵੇ ਮੰਗੂ। Hey!
ਜਾਂਦੇ ਨਾ ਸਾਰਿਆਂ ਕੋਲੋਂ ਲੋਕ ਮੈਨੂੰ ਕਹਿੰਦੇ ਕਿੱਥੋਂ ਸਿੱਖੇ ਜ਼ਿੰਦਗੀ ਉਹ ਮੈਂ ਸਿੱਖਦਾ ਪਟਕੇ ਨਾ ਹੀ ਡਿੱਗਣ ਦਿੰਦਾ ਉਹ ਪਿੱਛੇ ਜੀਣ ਦੀ ਦੀਵਾਰ ਜਿਵੇਂ ਉਹ ਹੁੰਦਾ ਉਹ ਲੋਕਾਂ ਪਿੱਛੇ ਹੁੰਦੀ ਆਪਣੀ ਭਾੜੇ ਦੀ ਤੇ ਮੇਰੇ ਪਿੱਛੇ ਖੜਾ ਮੇਰਾ ਪਿਓ ਹੁੰਦਾ ਸਤਿ ਸ਼੍ਰੀ ਅਕਾਲ ਬੁਲਾਰੇ ਬਾਪੂ ਸਾਰਿਆਂ ਨੂੰ ਖੜ ਕੇ ਪਤਾ ਲੱਗਣਾ ਚਾਹੀਦਾ ਵੱਡੀਆਂ ਸਪੋਰਟਾਂ ਨਹੀਂ ਲਈਆਂ ਕੱਲਾ ਹੀ ਵਾਧੂ ਆ ਮੇਰੀ ਥਾਪੀ ਕਿਧਰੋਂ ਆਪਣੀ ਥਾਪੀ ਫਿਰ ਵੜਕਣ ਲਾ ਦਿੰਦੇ ਆਪਾਂ ਤੁਹਾਡੇ ਸਾਰਿਆਂ ਦਾ ਪਿਆਰਾਂ ਨਾਲ ਕਿਉਂਕਿ ਸਾਡੇ ਤੇ ਪਰਚਾ ਤਾਂ ਵੱਟਦੇ ਪਿਆ ਜਦੋਂ ਮਰਜ਼ੀ ਕਰਵਾ ਦੇਣ ਸਿੱਧੂ ਨੇ ਜੁੱਤੀ ਬਿਨਾਂ ਜਰਾਬਾਂ ਤੋਂ ਪਾਈ ਆ ਦੇ ਪਰਚਾ ਇਧਰ ਲੇਕਿਨ ਵੀ ਗੱਲ ਸੁਣਾਉਣੀ ਹੈ ਸੱਤ ਅੱਠ ਕੰਪਲੇਟਾਂ ਹੋਈਆਂ ਸੀ ਮੇਰੇ ਤੇ ਸ਼ਾਇਦ ਅੱਜ ਮੈਂ ਇੱਥੇ ਨਾ ਵੀ ਹੁੰਦਾ ਜੇ ਜਮਾਨਤ ਨਾ ਹੁੰਦੀ ਉਹ ਗੱਲ ਤੁਹਾਡੇ ਸਾਰਿਆਂ ਵਾਸਤੇ ਕਰਨ ਲੱਗਿਆ ਜਿਹਨੂੰ ਜਿਹਨੂੰ ਸਹੀ ਲੱਗੀ ਨਾ ਸ਼ਾਇਦ ਮੈਂ ਇੱਥੇ ਆਉਣੀ ਨਾ ਬਾਈ ਰਾਜ ਆ ਰਿਹਾ ਸੀ ਤੇ ਗੱਲ ਹੋਣੀ ਤੁਹਾਡੇ ਸਾਰਿਆਂ ਨੇ ਲਿਖੀ ਹੈ ਸੁਣ ਕੇ ਜ਼ਰੂਰ ਦੱਸਿਓ ਕੰਨ ਕਰ ਤੈਨੂੰ ਇੱਕ ਗੱਲ ਦੱਸਣੀ ਰਹਿੜੀਆਂ ਜੇ ਵਹਿਰੀਆਂ ਦੇ ਗਿਰਦੇ ਲਈ ਉਂਝ ਜੇਲੋਂ ਜੁਲੋਂ ਘਬਰਾਟ ਕੋਈ ਨਾ ਫਿਰ ਐਂਟੀਮੈਸਪੇਟਰੀ ਲਈ ਦੜਬੇ ਲਈ ਬਾਅਦ ਚ ਦੱਸੀ ਜੁੱਤੀ ਵਾਲੀ ਮਿੱਟੀ ਵਾਂਗੂ ਝਾੜ ਰੱਖੂੰਗਾ ਜੁੱਤੀ ਵਾਲੀ ਮਿੱਟੀ ਵਾਂਗੂ ਝਾੜ ਰੱਖੂੰਗਾ ਵੈਰੀਆਂ ਨੇ ਕਰਦਾ ਜੋ ਠਾਇਆ ਹੋਇਆ ਹੁਣ ਦੱਸੋ ਕਿਹਦਾ ਕਿਹਦਾ ਕੰਡਾ ਕੱਢਣਾ ਗੱਭਰੂ ਜਮਾਨਤ ਤੇ ਕਹਿੰਦਾ ਦੁਨੀਆਂ ਦੀ ਸਾਰੀ ਇਹ ਰੀਤ ਮੁੱਢ ਤੋਂ ਚੜਿਆ ਹੋਇਆ ਨੂੰ ਥੱਲੇ ਲਾਉਂਦੀ ਰਹਿੰਦੀ ਹੈ ਉਹ ਦਾਤਾ ਸਾਡੇ ਚਰਚੇ ਕਰਾਉਂਦਾ ਰਹਿੰਦਾ ਹੈ ਤੇ ਦੁਨੀਆ ਇਹ ਪਰਚੇ ਕਰਾਉਂਦੀ ਉਹ ਗੱਭਰੂ ਦੀ ਚੜਦੀ ਹੋਈ ਗੁੱਡੀ ਦੇਖ ਕੇ ਕਈਆਂ ਦੀ ਹੈ ਕਿਸ਼ਤੀ ਦੀ ਜਾਂਦੀ ਡੁੱਬਦੀ ਸੁਣਿਆ ਮੈਂ ਕਈਆਂ ਨੂੰ ਮੂਸੇ ਵਾਲੇ ਜੱਟਦੀ ਕਾਲੀ ਕਾਲੀ ਜਿਹੜੀ ਵਾਲੀ ਰੇਂਜ ਚੁਬਦੀ ਜਿਹੜੇ ਤੇਰੇ ਕੋਲੇ ਆ ਕੇ ਬੁੱਕਦੇ ਨੇ ਪੁੱਛੀ ਉਹਨਾਂ ਤੋਂ ਮੈਂ ਕੱਲਾ ਕੱਲਾ ਭਜਾਇਆ ਹੋਇਆ ਹੁਣ ਦੱਸ ਪਿੱਲੋ ਕਿਹਦਾ ਕੰਡਾ ਕੱਢਣਾ ਗੱਭਰੂ ਜਮਾਨ ਤੇ ਭਰਾਵਾਂ ਵਾਂਗੂ ਪਿਆਰ ਕਰਨਾ ਹੈ ਮੇਰੇ ਪਿਆਰ ਕਰਿਆ ਕਰੋ ਕੁੱਤੇ ਖਾਣੇ ਚ ਮੈਂ ਵੀ ਸ਼ੇਰਾਂ ਤੁਸੀਂ ਵੀ ਸ਼ੇਰੋ ਠੀਕ ਹੈ ਨਾ ਬੰਦ ਕਰ ਦੇ ਉਸਤਾਦ ਮੈਂ ਕਿਹੜਾ ਬੰਦ ਕਰ ਦੇ
ਸਾਡੇ ਧੱਕੇ ਖਾਣੇ ਵੇਲੇ ਮੈਕ ਬੰਦ ਹੋ ਜਾਂਦਾ ਕਈ ਵਾਰੀ, ਮੈਕ ਬੰਦ ਹੋ ਜੂ ਜੱਟਦਾ ਖੜਾ ਨਾ ਅਸੀਂ ਗਵਾ ਦੂ ਮੈਂ ਸਾਰਾ ਕੁਛ। ਅਸਾਦ ਜਿਹੜਾ ਪਿਆਰੇ ਉਹ ਗਾਣਾ ਬਰਾਬਰ ਆਉਣਾ ਚਾਹੀਦਾ ਯਾਰ ਤੁਹਾਨੂੰ ਸਾਰਿਆਂ ਨੂੰ ਹੈ, ਠੀਕ ਹੈ ਨਾ। ਹਰ ਜਿੱਦਾਂ ਦੇ ਤੂੰ ਫਿਰਦਾ ਏ ਕੰਮ ਕਰਦਾ ਹਾ ਤੇ ਉਮਰ ਨਾ ਲੱਗੇ ਨੀ ਮਾਮਿਆਂ ਦੀ ਡਾਰ ਤੇਰੇ ਮੂਹਰੇ ਹੁੰਦੀ ਹੈ ਡਿਵਾਈਡਰ ਤੇ ਚਾਲੀ ਹੁੰਦੀ ਵੇ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਵੇ ਲੈ ਦਈਏ ਜਿੱਥੇ ਜਾਵੇ ਜੱਗਾ ਆਓ ਜੱਟਾ ਸ਼ਰਿਆਮ ਤੂੰ ਤਾਂ ਬਾਲੀ ਚੁਗਦੀ ਹੈ ਬੜਾ ਨੂੰ ਇਹਦੀ ਰੇਂਜ ਹੈ ਇਹਦੀ ਰੇਂਜ ਨੂੰ ਪੈਸੇ ਲਾਏ ਆ ਮਿਹਨਤ ਦੇ ਆਪਣੇ ਪਿੰਡ ਦੇ ਖੜੇ ਝੂਟਾ ਕਿਹਨੇ ਕਿਹਨੇ ਲਿਆ ਹੋਏ ਬਾਜ ਪੈਣ ਨੂੰ ਨਾ ਕਰਦੇ ਨੀ ਸਾਡਾ ਚੱਲਦਾ ਏ ਚੱਲਦਾ ਏ ਚੱਲਦਾ ਏ ਧੱਕਾ ਅਸੀਂ ਹੋ ਚੱਲਦਾ ਏ ਧੱਕਾ ਅਸੀਂ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਹੋ ਅਜੇ ਬਸ ਟੀਜ਼ਰ ਦਿਖਾਇਆ ਮਿੱਠੀਏ ਫਿਲਮ ਤਾਂ ਰੱਖੀ ਮਨ ਵਿੱਚ ਕੌਡੀ ਵਾਲੇ ਵੇ ਤੂੰ ਖੁਸ਼ੀ ਤੁਕਾ ਵਰਗਾ ਕੁੱਟਦਾ ਵੀ ਵਾਲਾ ਏ ਤੇ ਭਰਾ ਸਾਡਾ ਤਾੜੀ ਮਾਰਦੇ ਇੱਕ ਵਾਰੀ ਚਟਾਨ ਹੀ ਇਹ ਵੀ ਚੋਬਰ ਜਿੱਥੇ ਖੜ ਜਾਂਦਾ ਖੜ ਜਾਂਦਾ ਅਜੇ ਬਸ ਟੀਜ਼ਰ ਦਿਖਾਇਆ ਮਿੱਠੀ ਏ ਫਿਲਮ ਤਾਂ ਰੱਖੀ ਮਨ ਵਿੱਚ ਮੂਸੇਲਾ ਯੱਟ ਨਾਟ ਗਿਆਰਾਂ ਵਰਗਾ ਉਹ ਕੱਲਾ ਇੰਡਸਟਰੀ ਨੂੰ ਆਉਂਦੇ ਸਾਲ ਸੁੱਟ ਨੀ ਲੈਣ ਦੇਣੀ ਨੀ ਗਾਣੇ ਦੇਖੀ ਆਉਂਦੇ ਠਾ ਠਾ ਉਹ ਸਾਡਾ ਚੱਲਦਾ ਏ ਧੱਕਾ ਅਸੀਂ ਚੱਲਦਾ ਏ ਧੱਕਾ ਅਸੀਂ ਚੱਲਦਾ ਏ ਧੱਕਾ ਅਸੀਂ ਚੱਲਦਾ ਏ ਧੱਕਾ ਅਸੀਂ ਹਰੇਕ ਨੂੰ ਆਪਣੀ ਮਿਹਨਤ ਜਿੰਨੀ ਰੋਟੀ ਮਿਲਦੀ ਰਹੇ ਇੰਨਾ ਕੁ ਧੱਕਾ ਸਾਰਿਆਂ ਦਾ ਚੱਲਣਾ ਚਾਹੀਦਾ ਪਰਮਾਤਮਾ ਅੱਗੇ ਬੇਨਤੀ ਕਰਦਾ ਇੰਨਾ ਕੁ ਧੱਕਾ ਸਾਰਿਆਂ ਦਾ ਚੱਲਣਾ ਫਿਰ ਆਉਣ ਦੀ ਫਿਰ ਹੋ ਜਾਂਦਾ we
ਪੂਰੀ
ठोक डेंजर पे जागरे वाली फुट भी बना के मंडीर खड़ती और डब बिच भर के गलाओ खून नू दलेरी रही सड़की उत्ते अलड़ा ने सीने ठहा तो लंघना उचिया ने गला तरे उचिया ने गला तरे उचिया ने गला तरे ਆਇਆ ਮੇਰਾ
ਪਤਾ ਨੀ ਉਹ ਕੋਲੇ ਕੀ ਕੈਰੀ ਕਰਦਾ ਹਰੀ ਕੀ ਕਾਕਾ ਇੱਥੇ ਪੁੱਤ ਮਾਈਦਾ ਸਾਰਿਆਂ ਨੂੰ ਪਤਾ ਕਿਉਂਕਿ ਆਪਾਂ ਸਾਰੇ ਜੱਟ ਸਿੱਖ ਪਰਿਵਾਰਾਂ ਚੋਂ ਸਿੱਖ ਪਰਿਵਾਰ ਚੋਂ ਗੱਲ ਸਾਰੀ ਕਰਦੇ ਆ ਕਹਿਰ ਤੋਂ ਬਿਨਾ ਹੋ ਚਾਹ ਤਾਂ ਘਰੇ ਪਈ ਕਹਿੰਦੇ ਬਪਾਸ ਕਰ ਲੈ ਜਾ ਨਿਕਲੀ ਦਾ ਬਾਰਸ ਯਕੀਨ ਰੱਖਦਾ
ਚੁੱਪ ਸੀ ਜ਼ਰੂਰ ਪਰ ਮਰਿਆ ਨੀ ਮੈਂ ਉੱਡੀ ਰਾਣੀ ਬਲਦਾ ਏ ਸਿਆਣੇ ਦੱਸਦੇ ਸਾਡੇ ਬਾਗੀਆਂ ਦੇ ਪੱਤੇ ਅਸੀਂ ਨਾ ਚਾਲੀ ਪ੍ਰਮੋਸ਼ਨਾਂ ਦੀ ਲੋੜ ਜੱਟ ਨੂੰ ਗੱਡੀਆਂ ਚ ਵੱਜੇ ਉਹਦੇ ਗੱਡੀਆਂ ਚ ਵੱਜੇ ਉਹਦੇ ਗੀਤਕਾਰੀ ਕਲਾਕਾਰੀ ਬੜੇ ਛੱਡ ਗਏ ਇੰਡਸਟਰੀ ਚ ਲਿਆਂਦਾ ਮੇਰਾ ਚੇਂਜ ਦੇ ਕੇ ਗੱਡੀਆਂ ਪਜਾਈਆਂ ਬਹੁਤ ਲਾਲ ਰਲਣਾ ਪਹਿਲਾਂ ਤਾਂ ਆਪਣੇ ਸ਼ੌਂਕ ਨੂੰ ਲਈ ਸੀ ਹੁਣ ਤਾਂ ਰੱਖੀਏ ਵੀ ਲੋਕ ਨੂੰ ਦੇਖ ਕੇ ਸੜਦੇ ਬਹੁਤ ਆ ਚਲਾਉਣਾ ਘਾਟੀ ਮੈਂ ਖੜੀ ਰਹਿਣ ਦੇ ਉਹ ਕੀ ਜਾਣਦੇ ਕਿਹਦੀ ਰੇਂਜ ਐ ਜੀ ਕਿਹਦੀ ਰੇਂਜ ਐ ਕਰਨਾ ਤੂੰ ਰੇਂਜ ਐ ਕਰਨਾ ਐਂ ਕਰਾਂਗੇ ਖੜੀ ਨੂੰ ਅੱਗ ਲਾ ਲਈਏ ਤੁਹਾਨੂੰ ਕੀ ਕਿਵੇਂ ਨਾ ਕਿਵੇਂ ਸੀ ਚਾਹੁੰਦੇ ਪਿੱਛੇ ਸਾਨੂੰ ਲਾਉਣਾ ਤੁਸੀਂ ਇਹਦੇ ਨੇ ਕਦੇ ਨੀ ਆਉਣਾ ਸਿੱਧੂ ਮੂਸੇਵਾਲਾ ਆਪਣੀਆਂ ਦੇਣ ਜੀ ਆਉਂਦੇ ਵਾਂਗੂ ਅੱਜ ਕੱਲ ਕੀ ਇੱਕਦਮ ਮੁਕਾਬਲਾ ਤੁਸੀਂ ਕਰਕੇ ਦਿਖਾਉਣਾ ਤੁਸੀਂ ਇਹਦੇ ਨੇ ਕਦੇ ਨੀ ਆਉਣਾ ਬੜੇ ਸ਼ਰਾਰਤੀ ਹੋ ਬੜੇ ਸ਼ਰਾਰਤੀ ਦੁਖਦੀ ਰੱਖਦੇ ਹੱਥ ਨਾ ਧਰਿਆ ਕਰੋ
ਗੁਰਜਾਂ ਵੀਰਾ ਵੇ ਤੇਰੀ ਉਮਰ ਚਾਰ ਜੁਗ ਹੋਵੇ ਤੇਰੀਆਂ ਪੌਣਾਂ ਜ਼ਖਮੀ ਉਚੇੜੇ ਵੇ ਅਸੀਂ ਰੱਖਦੇ ਹਾਂ ਮਸਾਲ ਕੋ ਬੰਦੇ ਆਣਾ ਬੰਦੇ
ਵਾਲੋ ਜਾਇਰ ਦੇ ਕੰਡ ਦੀ ਗੱਲ ਤੋ ਚਲਾਉਣ ਦੀ ਫਿਰ ਆਉਣ ਦੇ ਪਹਿਲਾਂ ਕਰਦੇ।